ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਦੇ ਵਿੱਚ ਅਤੇ ਨਵੇਂ ਵਲੋਗ ਦੇ ਵਿੱਚ। ਉਮੀਦ ਆ ਤੁਸੀਂ ਘੈਂਟ ਹੋਵੋਗੇ, ਘੈਂਟ ਹੀ ਹੋਣਾ, ਵਧੀਆ ਗੱਲ ਆ ਘੈਂਟ ਹੋ। ਅਤੇ ਟਾਈਮ ਹੋ ਰਿਹਾ ਜੀ 2:21। ਅੱਜ ਮੰਮੀ ਨੇ ਹੋਣਾ ਆ ਐਡਮਿਟ, ਮੰਮੀ ਨੂੰ ਹੋਸਪਿਟਲ ਐਡਮਿਟ ਕਰਨਾ, ਮੰਮੀ ਨੂੰ ਵੀ ਕਰਨਾ ਅਤੇ ਮਾਸੀ ਜੀ ਨੂੰ ਵੀ ਕਰਨਾ ਆ। ਕਿਉਂਕਿ ਹੈ ਨਾ ਮੰਮੀ ਨੂੰ ਤੁਹਾਨੂੰ ਮੈਂ ਪਹਿਲਾਂ ਵੀ ਕਿੰਨੇ ਵਾਰ ਹੈ ਨਾ ਦੱਸਿਆ ਵਲੋਗ ਦੇ ਵਿੱਚ, ਗੋਡਿਆਂ ਦੀ ਕਾਫੀ ਪ੍ਰੋਬਲਮ ਆ। ਇੱਕ ਆ ਰੂਨ ਤੋਂ ਬੱਚਾ ਆ, ਮੰਮੀ ਨੂੰ ਹੈਗੀ ਗੋਡਿਆਂ ਦੇ ਵਿੱਚ ਕਾਫੀ ਪ੍ਰੋਬਲਮ, ਇਸ ਲਈ ਗੋਡੇ ਹੈ ਨਾ ਅਸੀਂ ਚੇਂਜ ਕਰਵਾਉਣ ਦੇ ਬਾਰੇ ਸੋਚ ਰਹੇ ਸੀਗੇ ਵੀ ਚਲੋ ਹੁਣ ਮੰਮੀ ਦੇ ਤਾਂ ਦੋਨੋਂ ਹੀ ਗੋਡੇ ਚੇਂਜ ਹੋਣਗੇ, ਮਾਸੀ ਜੀ ਦਾ ਇੱਕ ਹੋਊਗਾ, ਸਾਨੂੰ ਐਵੇਂ ਸੀ ਵੀ ਚਲੋ ਦੋਨੋਂ ਜਣਿਆਂ ਦੇ ਚੇਂਜ ਕਰਵਾ ਦਿੰਦੇ ਹਾਂ ਹੈ ਨਾ, ਵੀ ਇੱਕ ਜਗ੍ਹਾ ਚਲੋ ਰਹਿ ਲੈਣਗੇ ਹੈ ਨਾ, ਵੀ ਚਲੋ ਬੰਦੇ ਦਾ ਮਨ ਵੀ ਲੱਗਿਆ ਰਹਿੰਦਾ। ਵੈਸੇ ਤਾਂ ਇਹਨਾਂ ਦੇ ਵਿੱਚ ਐਵੇਂ ਹੁੰਦਾ ਆ, ਡਾਕਟਰ ਕਹਿੰਦਾ ਸੀ ਮੈਨੂੰ ਵੀ ਕੋਈ ਪਰਹੇਜ਼ ਨਹੀਂ ਹੁੰਦਾ, ਵੀ ਅਸੀਂ ਅਗਲੇ ਦਿਨ ਤੋਂ ਹੀ ਚੱਲਣ ਲਾ ਦਿੰਦੇ ਹਾਂ ਜਿੱਦਣ ਹੈ ਨਾ ਵੀ ਓਪਰੇਟ ਹੋ ਜਾਂਦਾ ਪਾ ਦਿੰਦੇ ਨੇ। ਦੋ ਤਿੰਨ ਮਹੀਨੇ ਤਾਂ ਪਰਹੇਜ਼ ਜ਼ਰੂਰੀ ਆ, ਫਰਕ ਪੈਂਦਾ ਗੋਡੇ ਪਾਉਣ ਨਾਲ ਜਾਂ ਕਿਵੇਂ ਆ ਨਾ, ਕਈਆਂ ਦੇ ਸੈੱਟ ਨਹੀਂ ਆਉਂਦੇ ਹੈਗੇ, ਪਰ ਮੈਂ ਜਿੰਨੇ ਹੁਣ ਤੱਕ ਮੈਂ ਸੁਣੇ ਨੇ ਇੱਕ ਨੂੰ ਛੱਡ ਕੇ ਨਾ ਬਾਕੀ ਸਾਰਿਆਂ ਨੂੰ ਵੀ ਸੈੱਟ ਆਏ ਨੇ ਹੁਣ ਤੱਕ। ਇਹ ਗੋਡੇ ਵੈਸੇ ਐਵੇਂ ਆ ਜਿਵੇਂ ਹੈ ਨਾ ਸਰਕਾਰੀ ਵੀ ਪੈ ਜਾਂਦੇ ਨੇ, ਆਯੁਸ਼ਮਾਨ ਕਾਰਡ 'ਤੇ ਵੀ ਪੈ ਜਾਂਦੇ ਨੇ ਇਹ ਗੋਡੇ, ਪਰ ਚਲੋ ਐਵੇਂ ਆ ਨਾ ਵੀ ਉਹ ਥੋੜ੍ਹਾ ਜਿਹਾ ਜਿੰਨੇ ਮੈਂ ਪੁੱਛਤਾਛ ਕਰੀ ਆ ਨਾ ਕਾਫੀ, ਕਿਉਂਕਿ ਡਾਕਟਰ ਮੈਨੂੰ ਜਾਣਦੇ ਨੇ ਉੱਥੇ ਹੋਸਪਿਟਲ ਜਾਣਦੇ ਨੇ ਸਰਕਾਰੀ ਦੇ ਵਿੱਚ, ਮੈਂ ਉਹਨਾਂ ਤੋਂ ਵੀ ਪੁੱਛਿਆ, ਉਹ ਕਹਿੰਦੇ ਵੀ ਇੰਨਾ ਜ਼ਿਆਦਾ ਇਹ ਵਧੀਆ ਉਹ ਨਹੀਂ ਹੁੰਦੇ ਹੈਗੇ, ਵੀ ਚਲੋ ਇੱਕ ਕੰਮ ਸਾਰੂ ਜਿਹੇ ਹੁੰਦੇ ਨੇ, ਪਹਿਲਾਂ ਮੈਨੂੰ ਵੀ ਐਵੇਂ ਸੀ ਵੀ ਚਲੋ ਆਪਾਂ ਉੱਥੋਂ ਪਵਾ ਲੈਂਦੇ ਹਾਂ ਹੈ ਨਾ, ਅਤੇ ਫਿਰ ਉਸ ਤੋਂ ਬਾਅਦ ਸੋਚਿਆ ਵੀ ਚਲੋ ਫਿਰ ਹੈ ਨਾ ਜਦ ਪਵਾਉਣੇ ਨੇ ਵੀ ਕੋਈ ਵਧੀਆ ਹੀ ਪਵਾ ਲੈਂਦੇ ਹਾਂ, ਫਿਰ ਥੋੜ੍ਹਾ ਬਹੁਤਾ ਪੁੱਛ ਗਿੱਛ ਕਰਕੇ ਫਿਰ ਹੁਣ ਡਾਕਟਰ ਤੋਂ ਪਵਾ ਰਹੇ ਹਾਂ ਵੀ USA ਮੇਡ ਗੋਡੇ ਹੋਣਗੇ, ਪਤਾ ਨਹੀਂ ਕਿਹੜੀ ਕੰਪਨੀ, ਮੈਨੂੰ ਯਾਦ ਨਹੀਂ ਹੈਗੀ, ਤੁਹਾਨੂੰ ਵੀ ਦੱਸਦਾ ਕਿਉਂਕਿ ਇਹ ਜ਼ਰੂਰਤ ਪੈਂਦੀ ਰਹਿੰਦੀ ਹੈ ਤੁਹਾਨੂੰ ਹੈ ਨਾ ਸਭ ਨੂੰ। ਹੁਣ ਹਰੇਕ ਦੇ ਘਰ ਮੈਨੂੰ ਲੱਗਦਾ ਕੋਈ ਨਾ ਕੋਈ ਗੋਡਿਆਂ ਦਾ ਪੇਸ਼ੈਂਟ ਹੈਗਾ, ਕੋਈ ਉਹ ਘਰ ਐਵੇਂ ਆ ਵੀ ਜਿੱਥੇ ਹੈ ਨਹੀਂ, ਅਤੇ ਤੁਹਾਨੂੰ ਸਾਰਿਆਂ ਨੂੰ ਦੱਸ ਦਾਂਗੇ ਹੈ ਨਾ ਵੀ ਕਿਵੇਂ ਦਾ ਸਾਡੇ ਨਾਲ ਐਕਸਪੀਰੀਅੰਸ ਰਿਹਾ, ਅਤੇ ਜੋ ਜੇ ਤੁਹਾਨੂੰ ਲੋੜ ਪਈ ਤਾਂ ਤੁਹਾਨੂੰ ਅਸੀਂ ਐਡਰੈਸ ਵਗੈਰਾ ਸਾਰਾ ਦੱਸ ਦਾਂਗੇ। ਮੰਮੀ ਆ ਰਹੀ ਹੈ ਸਮਾਈਲ ਕਰਦੀ, ਡਰ ਤਾਂ ਨਹੀਂ ਲੱਗ ਰਿਹਾ ਮੈਂ? ਨਹੀਂ ਡਰ ਵਾਲੀ, ਮੈਂ ਕੱਲ ਪੁੱਛਿਆ ਸੀਗਾ ਕਹਿੰਦੇ ਕੁਛ ਵੀ ਨੀ ਪਤਾ ਵੀ ਲੱਗਣਾ ਦਰਦ ਦੁਰਦ ਦਾ ਇਹ ਚ, ਕਿਉਂਕਿ ਹਾਂ ਨੀਚੋ ਨੀਚੋ ਲੈ ਦੇਖੀ ਹੁਣ ਜਾਣ ਕੇ ਨਾ ਇਹ ਮੰਮੀ ਕੋਲ, ਇਹ ਮੰਮੀ ਕੋਲ ਆਉਂਦੀ ਹੁੰਦੀ ਹੈ ਜਾਣ ਕੇ ਵੀ ਮੈਨੂੰ ਜਾਣ ਕੇ ਗੋਦੀ ਚ ਲਾਓ, ਆ ਦੇਖੋ ਆ ਦੇ ਹੁਣ ਦੇਖੀ ਆ ਸਵੇਰੇ ਵੀ ਉੱਠੂਗੀ, ਜਾਣ ਕੇ ਸਵੇਰੇ ਵੀ ਉੱਠੂਗੀ ਵੀ ਮੈਨੂੰ ਐ ਗੋਦੀ ਚ ਲੈ ਕੇ ਐਵੇਂ ਕਰ। ਰਬਾਬ ਆ ਦੇਖੋ, ਰਬਾਬ ਮੰਮੀ ਦੇ ਇੰਜੈਕਸ਼ਨ ਲਵਾ ਦੀ, ਲਵਾਈਏ ਨਾ ਕਲਵਾਈਏ ਕਿ ਨਾ, ਮੰਮੀ ਦੇ ਇੰਜੈਕਸ਼ਨ ਲਾਈਏ ਕਿ ਨਾ, ਦੱਸੋ ਲਾਈਏ ਲਾਈਏ, ਦੱਸ ਦੇ ਕਿਵੇਂ ਲਾਉਣਾ ਹੁੰਦਾ, ਤੂੰ ਲਾਉਣਾ ਹੁੰਦਾ ਕਿਵੇਂ? ਨਹੀਂ ਬਸ ਦੇਖ ਲਾ, ਕਿੱਥੇ ਗਏ ਸੀ ਆਪਾਂ, ਪਟਿਆਲੇ ਗਏ ਸੀ, ਦੋਨੋਂ ਭੈਣਾਂ ਭੈਣਾਂ ਡਾਕਟਰ ਵੀ ਹੱਸੇ, ਦੋਨੋਂ ਭੈਣਾਂ ਭੈਣਾਂ ਜਦੋਂ ਵੀ ਕੋਈ ਦੱਸਿਆ ਕਰੀਏ ਵੀ ਇਹ ਹੈ ਨਾ ਦਿੱਕਤ ਹੈ ਇਹਨਾਂ ਨੂੰ ਬੀਪੀ ਦੀ, ਵੀ ਦੋਨਾਂ ਨੂੰ ਦਿੱਕਤ ਆ, ਉਹ ਗੋਲੀ ਸੇਮ ਅਤੇ ਖੂਨ ਪਤਲੇ ਵਾਲੀ ਵੀ ਸੇਮ ਲੱਗੀ ਹੋਈ ਹੈ, ਅਤੇ ਦਮੇ ਦੀ ਸ਼ਿਕਾਇਤ ਆ ਦੋਨਾਂ ਜਣੀਆਂ ਨੂੰ, ਉਹ ਵੀ ਸੇਮ ਇਨਹੇਲਰ ਲੱਗਿਆ ਹੋਇਆ ਆ, ਕਮਾਲ ਆ ਦੇਖ ਲਾ, ਡਾਕਟਰ ਵੀ ਹੱਸੇ ਵੀ ਦੋ ਸਾਰਾ ਕੁਛ ਸੇਮ ਆ, ਅਤੇ ਮੰਮੀ ਤੋਂ ਵੈਸੇ ਮਾਸੀ ਜੀ ਬੜੇ ਨੇ ਪਰ ਮਾਸੀ ਜੀ ਦਾ ਇੱਕ ਗੋਡਾ ਹੋਇਆ ਅਤੇ ਮੰਮੀ ਦੇ ਦੋਨੋਂ ਹੀ ਨੇ, ਮੰਮੀ ਦੇ ਦੋਨੋਂ ਹੀ ਪੈਣਗੇ ਹੈਂ। ਡਾਕਟਰ ਨੇ ਕਿਹਾ ਸੀਗਾ ਵੀ 21 ਦਿਨ ਬਾਅਦ ਵੀ ਜਿਵੇਂ ਮਾਸੀ ਜੀ ਉਹਦੀ ਉੱਪਰ ਰਹਿੰਦੇ ਨੇ ਕੋਠੇ 'ਤੇ ਵੀ ਤੁਸੀਂ ਪਹਿਲੀ ਵਾਰ ਤਾਂ ਉੱਪਰ ਚੜ੍ਹ ਸਕਦੇ ਹੋ ਕੋਠੇ 'ਤੇ ਐਵੇਂ, ਅਤੇ ਉਸ ਤੋਂ 21 ਦਿਨ ਦਾ ਪਰਹੇਜ਼ ਆ, 21 ਦਿਨ ਬਾਅਦ ਚਾਹੇ ਕੋਠੇ ਕੋਠੇ 'ਤੇ ਕੁਛ ਵੀ ਕਰੋ। ਹੁਣ ਕਹਿੰਦੇ ਉਹ ਚੀਜ਼ ਨਹੀਂ ਹੈਗੀ ਵੀ ਚੌਂਕੜੀ ਵੀ ਮਾਰ ਕੇ ਬੈਠੋ, ਕੁਛ ਵੀ ਕਰਿਓ ਕਹਿੰਦੇ, ਬਾਕੀ ਭੈਣ ਤੋਂ ਬਾਅਦ ਪਤਾ ਲੱਗੂਗਾ ਹਲੇ ਹੈ ਨਾ, 4-5 ਦਿਨ ਆਪ ਬੰਦਾ ਕਰਾਉਂਦਾ ਫਿਰ ਪਤਾ ਲੱਗਦਾ।
ਲੈ ਵੀ ਬੈਠ ਗਏ ਦੋਨੋਂ ਭੈਣਾਂ ਭੈਣਾਂ, ਜਿਹੜਾ ਵੀ ਡਾਕਟਰ ਆਉਂਦਾ ਕਹਿੰਦੇ ਮੈਂ ਸੁਣਿਆ ਭੈਣਾਂ ਭੈਣਾਂ ਤੁਸੀਂ ਦੇਖ ਲਓ। ਕਿਤੇ ਇੱਥੇ ਰਿਕਾਰਡ ਤਾਂ ਨਹੀਂ ਬਣਦਾ ਲੱਗਦਾ ਵੀਰ ਜੀ? ਰਿਕਾਰਡ ਬਣੂ ਲੱਗਦਾ ਹੈ ਨਾ, ਤਾਂ ਹੀ ਐਵੇਂ ਸਾਰੇ ਆ ਜਾਂਦੇ ਨੇ, ਚੌਕਦੇ ਨੇ ਸਾਰੇ ਡਾਕਟਰ ਆ ਕੇ। ਦੋਵਾਂ ਦੇ ਗੋਡੇ ਹੈ, ਦੋਵਾਂ ਦੇ ਗੋਡੇ, ਛੋਟੀ ਦੇ ਦੋਨੋਂ ਹੀ ਗੋਡੇ ਨੇ, ਮੜੀ ਦੇ ਇੱਕ ਗੋਡਾ। ਲਓ ਜੀ ਸਵੇਰ ਦੇ ਟਾਈਮ ਹੋ ਰਿਹਾ 7:51, ਕਿਵੇਂ ਲੰਘੀ ਰਾਤ ਮੰਮੀ? ਤੇ ਹੁਣ ਸਵੇਰੇ ਕਰਨਗੇ 8:30 ਪਹਿਲਾਂ ਮੰਮੀ ਦਾ ਕਰਨਗੇ ਪਰੇਡ, ਅਤੇ ਫਿਰ ਉਸ ਤੋਂ ਬਾਅਦ ਮਾਸੀ ਜੀ ਦਾ। ਸਾਹਮਣੇ ਕਮਰੇ ਨੇ, ਇੱਕ ਉੱਧਰ ਕਮਰਾ ਇੱਕ ਇੱਧਰ ਕਮਰਾ ਆ। ਰਾਤ ਤਾਂ ਫਿਰ ਬੈਠੇ ਨਹੀਂ ਆਉਣੇ ਪਹਿਲਾਂ ਤਾਂ ਨਾ ਤੁਸੀਂ ਲੇਟ ਤੱਕ, 12 ਵਜੇ ਤੱਕ ਜਾਗ ਗਈ ਆ। ਪਹਿਲਾਂ ਬਲੱਡ ਚੜਾਇਆ ਮੰਮੀ ਦੇ, ਥੋੜ੍ਹਾ ਬਲੱਡ ਘੱਟ ਆਇਆ ਪਹਿਲਾਂ ਰਾਤ, ਕੱਲ੍ਹ ਲੈ ਕੇ ਆਏ ਸੀ ਬਲੱਡ, ਉਹ ਚੜਾਏ, ਅੱਜ ਵੀ ਮੈਨੂੰ ਲੱਗਦਾ ਸਵੇਰੇ ਚੜਾਉਣਗੇ, ਅਤੇ ਉਸ ਤੋਂ ਬਾਅਦ ਸਟੀਮ ਸਟੂਮ ਦਿੱਤੀ ਹੈ, ਅਤੇ ਹੁਣ ਦੇਖਦੇ ਹਾਂ ਚਲੋ ਕਿੰਨਾ ਟਾਈਮ ਲਾਉਣਗੇ ਪਰੇਡ ਵਗੈਰਾ 'ਤੇ। ਠੀਕ ਹੈ ਮੰਮੀ? ਹਾਂਜੀ ਠੀਕ ਹੈ। ਠੀਕ ਲਓ ਬਾਈ, ਤੇ ਠੀਕ ਹੈ ਕੀ ਜ਼ਰੂਰ ਹੈ, ਅੱਜ ਹੋ ਗਈ ਛੁੱਟੀ ਤੇ ਚੱਲੇ ਆ ਘਰੇ। ਕਿਹੜੇ ਦਿਨ ਆਏ, ਕਿਹੜੇ ਦਿਨ ਐਡਮਿਟ ਹੋਏ ਸੀ ਮੈਂ? ਮੰਗਲਵਾਰ ਨੂੰ। ਅੱਜ ਕੀ ਦਿਨ ਹੈ? ਅੱਜ ਐਤਵਾਰ। ਐਤਵਾਰ, ਮੰਗਲ, ਬੁੱਧ, ਵੀਰ, ਸ਼ੁੱਕਰ, ਸ਼ਨੀ ਹੈ, 6ਵਾਂ ਦਿਨ ਹੈ ਨਾ। ਚਲ 7ਵਾਂ, ਉੱਥੇ ਸੋਮਵਾਰ ਨੂੰ ਟੈਸਟ ਹੋਏ ਸੀ। ਰਬਾਬ ਮੈਨੂੰ ਫੇਰ ਰੋਜ਼ ਪੁੱਛ ਰਿਹਾ ਮੰਮੀ ਮੰਮੀ, ਅੱਜ ਫੇਰ ਸਵੇਰ ਦੀ ਪੁੱਛ ਰਹੀ ਹੈ ਮੰਮੀ ਕਿੱਥੇ ਆ, ਆ ਕਿੱਥੇ ਆ ਗਏ ਮੰਮੀ? ਲੈ ਨਹੀਂ ਤਾਂ ਕੁਰਸੀ ਉਡਾ ਕੇ ਸੈਟਿੰਗ ਕਰ ਲਈ ਵੀ ਉੱਪਰ ਚੜ੍ਹਨਾ ਹੈ, ਉੱਪਰ ਨਹੀਂ ਚੜ੍ਹਨਾ ਹੈਗਾ ਅੱਜ। ਠੀਕ ਆ, ਪਹਿਲਾਂ ਮੰਮੀ ਨੇ ਹਾਈ ਕਰਤੀ, ਤੁਸੀਂ ਕੀਤੀ ਹੈ? ਮੈਨੇ ਕਿਹਨੇ ਕੀਤੀ ਹੈ ਜੀ? ਬਾਬ ਨੇ। ਕੀ ਖਾ ਰਹੇ ਹੋ ਚੀਜੀ? ਮੰਮੀ ਕੀ ਖਾ ਰਹੇ ਨੇ? ਮੰਮੀ ਵੀ ਚੀਜੀ ਖਾ ਰਹੇ ਨੇ? ਰਬਾਬ ਮੰਮੀ ਵੀ ਚੀਜੀ ਖਾ ਰਹੇ ਨੇ? ਬਾਪ ਵੀ ਚੀਜੀ ਖਾ ਰਿਹਾ ਨਾ? ਮੰਮੀ ਨੂੰ ਚੀਜੀ ਖਵਾ ਰਹੇ ਹੋ? ਬਾਪ ਮੰਮੀ ਨੂੰ ਚੀਜੀ ਖਵਾ ਰਹੇ ਹੋ?
ਕੋਈ ਤੇਰੇ ਨਾਲ ਮੋਏ ਪੁਰਾਣਾ ਕੁੜੀਆਂ ਤਾਂ ਸਿੰਘ ਜੀਤ ਬਸ ਮੋਹੀ ਲੈਣੇ